ਐਸ ਨੁਕਸੇ ਨੇ ਬਾਬਾ ਜੀ ਗੂੰਗੇ ਬੋਲਣ ਲਾ ਤੇ, ਬੈਰੇ ਸੁਣਨ ਲਾ ਤੇ, ਤੇ ਭਾਈ ਨੱਚਣ ਲਾ। ਠੀਕ ਹੈ, ਜੇ ਤੁਸੀਂ ਇਹ ਨੁਕਸਾ ਮੁਰਗੀ ਨੂੰ ਲਾਓਗੇ ਨਾ, ਤੇ ਮੁਰਗੀ ਮੁਰਗੇ ਨੂੰ ਕ੍ਰਾਸ ਕਰੇਗੀ 100%। ਜੇ ਮੁਰਗੀ ਮੁਰਗੇ ਨੂੰ ਕ੍ਰਾਸ ਕਰਨ ਦੀ ਨਾ ਕੋਸ਼ਿਸ਼ ਕਰੇ ਤੇ ਮੈਂ ਹਾਜ਼ਰ ਜਨਾਬ। ਅਸਲਾਮ ਅਲੈਕਮ ਜੀ, ਕੀ ਹਾਲ ਚਾਲ, ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਮਜ਼ੇ ਵਿੱਚ ਹੋਵੋਗੇ। ਅੱਜ ਮੈਂ ਹਾਜ਼ਰ ਹੋਇਆ ਤੁਹਾਡੇ ਵਾਸਤੇ ਇੱਕ ਨਵੀਂ ਵੀਡੀਓ ਲੈ ਕੇ। ਥੰਬਨੇਲ ਤੇ ਤੁਸੀਂ ਚੈੱਕ ਕਰ ਲਿਆ ਹੋਣਾ ਕਿ ਬਾਬਾ ਜੀ ਆਪਾਂ ਵੀਡੀਓ ਇਨਫਾਰਮੇਟਿਵ ਕਦੇ ਕਦੇ ਪਾਈ ਦੀ, ਲੇਕਿਨ ਪਾਈਦਾ ਜ਼ਰੂਰ ਹੈ ਕਿ ਮੁਰਗਾ ਮੁਰਗੀ ਨੂੰ ਕ੍ਰਾਸ ਨਹੀਂ ਕਰਦਾ, ਉਹਦੇ ਵਾਸਤੇ ਕੀ ਨੁਕਸਾ ਲਾਈਏ ਕਿ ਮੁਰਗਾ ਮੁਰਗੀ ਨੂੰ ਕ੍ਰਾਸ ਕਰਨ ਲੱਗ ਪਵੇ। ਗਰਮੀ ਬੜੀ ਜ਼ਿਆਦਾ ਹੈ, ਠੀਕ ਹੈ, ਤੇ ਇੰਨੀ ਗਰਮੀ ਵਿੱਚ ਵੀ ਮੈਂ ਹੈਰਾਨ, ਮੁਰਗੇ ਮੁਰਗੀਆਂ ਨੂੰ ਕ੍ਰਾਸ ਨਹੀਂ ਕਰਦੇ। ਸਿਰਫ ਔਰ ਸਿਰਫ 3 ਚੀਜ਼ਾਂ ਨੇ ਡਿਟੇਲ ਨਾਲ ਤੁਸੀਂ ਦੇਖਣੀਆਂ ਨੇ। ਇਹ ਨੁਕਸਾ ਲਾਓਗੇ, ਜੇ ਤੁਸੀਂ ਇਹ ਨੁਕਸਾ ਮੁਰਗੀ ਨੂੰ ਲਾਓਗੇ ਨਾ, ਤੇ ਮੁਰਗੀ ਮੁਰਗੇ ਨੂੰ ਕ੍ਰਾਸ ਕਰੇਗੀ 100%। ਜੇ ਮੁਰਗੀ ਮੁਰਗੇ ਨੂੰ ਕ੍ਰਾਸ ਕਰਨ ਦੀ ਨਾ ਕੋਸ਼ਿਸ਼ ਕਰੇ ਤੇ ਮੈਂ ਹਾਜ਼ਰ ਜਨਾਬ। ਐਸ ਨੁਕਸੇ ਨੇ ਬਾਬਾ ਜੀ ਗੂੰਗੇ ਬੋਲਣ ਲਾ ਤੇ, ਬੈਰੇ ਸੁਣਨ ਲਾ ਤੇ, ਤੇ ਭਾਈ ਨੱਚਣ ਲਾ। ਠੀਕ ਹੈ, ਐਸ ਨੁਕਸੇ ਨੇ, ਇਹ ਨੁਕਸਾ ਐਡਾ ਕੁ ਗਰਮ ਹੈ ਕਿ ਨੇਰ ਪਾ ਦਿੰਦਾ, ਜਿਹਦੇ ਅੰਦਰ ਵੀ ਜਾਂਦਾ ਨਾ, ਹਰ ਚੀਜ਼ ਲਾ ਦੀ ਫਾਕ ਕਰੀ ਜਾਂਦਾ। ਤੇ ਇਹ ਚੀਜ਼ਾਂ ਨੁਕਸਾ ਖਾਣ, ਇਹ ਚੀਜ਼ਾਂ ਦੇ ਮੈਂ ਨਾਲ ਬੰਦੇ ਪਿੱਛੇ ਨੱਠਣ, ਜੇ ਨੁਕਸਾ ਜਮਾਵਾਂ ਤੇ ਤੁਹਾਡੇ ਸਾਹਮਣੇ ਤੁਹਾਨੂੰ ਹਰ ਚੀਜ਼ ਦਾ ਇਸ ਨੁਕਸੇ ਦੇ ਮੁਤਲਕ ਦੱਸਾਂਗਾ, ਤੇ ਇਹ ਵੀ ਦੱਸਾਂਗਾ ਕਦੋਂ ਦੇਣੀ ਹੈ ਤੇ ਕਿਸ ਤਰੀਕੇ ਨਾਲ ਦੇਣੀ ਹੈ। ਟੈਨਸ਼ਨ ਨਹੀਂ ਲੈਣੀ ਭਰਾ ਦਿੰਦੇ, ਜਿਹੜੀ ਵੀ ਸ਼ੈ ਦੀ ਜ਼ਰੂਰਤ ਪਵੇ ਤੁਸੀਂ ਸਿਰਫ ਔਰ ਸਿਰਫ ਕਮੈਂਟ ਕਰਕੇ ਤੇ ਪੁੱਛ ਲੈਣਾ, ਇਨਸ਼ਾਅੱਲਾ ਉਹਦੇ ਰਿਲੇਟਡ ਵੀਡੀਓ ਤੁਹਾਨੂੰ ਜ਼ਰੂਰ ਮਿਲੇਗੀ। ਤੁਹਾਨੂੰ ਮੈਂ ਮੁਰਗੀ ਚੈੱਕ ਕਰਾਉਣਾ, ਪੂਰੀ ਸਟੈਂਡਰਡ ਦੀ ਮੁਰਗੀ ਹੈ ਮੁਰਗਾ, ਤੁਸੀਂ ਇੱਕ ਵਾਰੀ ਚੈੱਕ ਕਰ ਲਓ ਬਾਬਾ ਜੀ, ਬਿਲਕੁਲ ਕ੍ਰੋਕੋਡਾਈਲ ਨਾਲੀ ਦੇ ਵਿੱਚ ਹੈ, ਬਿਲਕੁਲ ਪੂਰਾ ਫੇਸ ਹੈ, ਮੈਂ ਨਾ ਨੇਰ ਮੁਰਗਾ ਨੇਰ। ਇਹ ਬਾਬਾ ਜੀ ਸਾਡੇ ਕੋਲ ਮਾਦੀ ਹੈ, ਠੀਕ ਹੈ, ਵੇਟ ਪੂਰਾ ਠੀਕ ਹੈ, ਮਾਸ਼ਾਅੱਲਾ ਸਿਹਤ ਦੇ ਵਿੱਚ ਹੈ, ਦਾਣੇ ਸ਼ਾਣੇ ਖਾਦੇ ਪਏ ਨੇ। ਇਹਨੂੰ ਵੀ ਥੋੜਾ ਜਿਹਾ ਨੁਕਸਾ ਇਹਨੂੰ ਦੇਣਾ, ਬਾਕੀ ਜਿਹੜਾ ਪਿਓਰ ਨੁਕਸਾ ਉਸ ਸਾਈ ਨੂੰ ਦੇਣਾ, ਉਹ ਨੇਰ ਪਾ ਦੇਵੇ। ਗਰਮੀ ਬਹੁਤ ਜ਼ਿਆਦਾ ਹੈ, ਇੰਨੀ ਗਰਮੀ ਦੇ ਵਿੱਚ ਬਹਿ ਕੇ ਮੈਂ ਛਾਤੇ ਤੁਹਾਡੇ ਵਾਸਤੇ ਵੀਡੀਓ ਬਣਾ ਰਿਹਾ, ਤੇ ਜਲਦੀ ਨਾਲ ਮੇਰੀ ਵੀਡੀਓ ਨੂੰ ਲਾਈਕ ਕਰਕੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਇਨਸ਼ਾਅੱਲਾ ਮਜ਼ਾ ਆਏ ਕਰੇਗਾ। ਮੈਂ ਵੀਡੀਓ ਦੇ ਇਲਾਵਾ ਵੀ ਵਲੌਗ ਸ਼ਲੌਗ ਪਾਉਂਦਾ ਰਹਿੰਦਾ, ਆਪਣਾ ਸ਼ੁਗਰ ਮੇਲਾ ਲੱਗਾ ਦਾ। ਇਸ ਨੁਕਸੇ ਦੇ ਵਿੱਚ ਤੁਹਾਡੇ ਕੋਲ ਹੋਣਾ ਚਾਹੀਦਾ ਇੱਕ ਆਂਡਾ, ਠੀਕ ਹੈ, ਜੋ ਕਿ ਬਹੁਤ ਜ਼ਿਆਦਾ ਗਰਮ ਹੈ। ਤੁਸੀਂ ਇਹਨੂੰ ਅੱਛੇ ਤਰੀਕੇ ਦੇ ਨਾਲ ਉਬਾਲ ਲੈਣਾ ਸਿਲੰਡਰ, ਕਿ ਆਂਡਾ ਅੰਦਰੋਂ ਕੱਚਾ ਨਾ ਰਵੇ। ਠੀਕ ਹੈ, ਆਂਡਾ ਗਰਮ ਹੋ ਗਿਆ, ਉਬਲ ਗਿਆ, ਉਸ ਤੋਂ ਬਾਅਦ ਤੁਸੀਂ ਲੈਣੇ ਨੇ ਬਾਬਾ ਜੀ ਫਿਸ਼ ਆਇਲ। ਫਿਸ਼ ਆਇਲ ਇਹ ਕਿਸੇ ਵੀ ਫਾਰਮੈਸੀ ਤੋਂ ਤੁਹਾਨੂੰ ਮਿਲੇਗਾ 3 ਜਾਂ 2 ਰੁਪਏ ਦਾ, ਸਾਡੇ ਕੋਲ ਇੱਥੇ ਸਾਡੇ ਸ਼ਹਿਰ ਮਿਲਦਾ ਤਕਰੀਬਨ 4 ਰੁਪਏ ਦਾ, ਇਹ ਤੁਹਾਨੂੰ ਕਿਸੇ ਵੀ ਫਾਰਮੈਸੀ ਤੋਂ ਮੈਡੀਕਲ ਸਟੋਰ ਤੋਂ ਮਿਲ ਜਾਏਗਾ। ਉਸ ਤੋਂ ਬਾਅਦ ਇਹ ਲੈਣੇ ਨੇ, ਉਸ ਤੋਂ ਬਾਅਦ ਬਾਬਾ ਜੀ ਤੁਸੀਂ ਲੈਣਾ ਮਨੱਕਾ, ਕਿਸੇ ਵੀ ਜਰਨਲ ਸਟੋਰ ਤੋਂ, ਕਿਸੇ ਵੀ ਹਕੀਮ ਕੋਲੋਂ, ਕਿਸੇ ਵੀ ਡਰਾਈ ਫਰੂਟ ਦੀ ਦੁਕਾਨ ਤੋਂ ਤੁਹਾਨੂੰ ਮਨੱਕਾ ਮਿਲੇਗਾ। ਤੁਸੀਂ ਉੱਥੇ ਜਾ ਕੇ ਮਨੱਕਾ ਲੈਣਾ, ਥੋੜਾ ਜਿਹਾ ਇਹ ਨੁਕਸਾ ਪੂਰਾ ਕਰਨਾ। ਇੱਕ ਆਂਡਾ ਮਨੱਕਾ ਤੇ ਫਿਸ਼ ਆਇਲ ਕੈਪਸੂਲ, ਨੋਟ ਕਰ ਲਓ, ਆਂਡਾ ਆਂਡਾ ਦੇਸੀ ਹੋਏ ਤੇ ਬਹੁਤ ਅੱਛਾ ਹੈ। ਇਹ ਮੇਰੇ ਕੋਲ ਬੱਤਖ ਦਾ ਆਂਡਾ ਹੈ, ਬੱਤਖ ਦਾ ਆਂਡਾ ਹੈ, ਉਹ ਤੇ ਨੇਰ ਖਦਾਦ ਹੈ। ਬੱਤਖ ਦਾ ਆਂਡਾ ਇੰਨਾ ਗਰਮ ਹੁੰਦਾ ਕਿ ਬੰਦਾ ਖਾ ਲੈਣਾ ਤੇ ਬੰਦਾ ਰਾਤ ਨੂੰ ਸੌਂ ਨਹੀਂ ਸਕਦਾ। ਮੇਰੇ ਕੋਲ ਫਿਲਹਾਲ ਬੱਤਖ ਦਾ ਆਂਡਾ ਹੈ, ਮਨੱਕਾ ਫਿਸ਼ ਆਇਲ ਕੈਪਸੂਲ ਨੇ, ਠੀਕ ਹੈ, ਫੜ ਕੇ ਲਿਆਓ। ਇਹ ਬਾਬਾ ਜੀ ਤੁਸੀਂ ਮੁਰਗੇ ਨੂੰ ਚੰਗੀ ਤਰ੍ਹਾਂ ਰਜਾ ਕੇ ਨਾ ਖੁਰਾਕ ਖਵਾ ਕੇ, ਠੀਕ ਹੈ, ਇੱਕ ਫਿਸ਼ ਆਇਲ ਕੈਪਸੂਲ ਲੈਣਾ, ਖਾ ਲੈ, ਉਹਨੇ ਖੁਦ ਹੀ ਖਾ ਲਿਆ, ਨਹੀਂ ਤੇ ਬਾਜ਼ ਮੁਰਗੇ ਨਹੀਂ ਖਾਂਦੇ, ਉਹਨਾਂ ਨੂੰ ਖੁਦ ਫੜ ਕੇ ਮੂੰਹ ਅਡਾ ਕੇ ਤੇ ਦੇਣੇ ਪੈਂਦਾ। ਉਸ ਤੋਂ ਬਾਅਦ ਤੁਸੀਂ ਮਨੱਕੇ ਦੇ ਦਾਣੇ ਲੈਣੇ ਨੇ 5-7, ਠੀਕ ਹੈ, ਆਪਾਂ ਮਨੱਕੇ ਦੇ ਦਾਣੇ 5 ਲੈ ਲੈਣੇ। ਥੋੜੀ ਪੈਂਦੀ ਹੈ ਤੇ ਸਾਡੇ ਨਾਲ ਵੀ ਤੇਜ਼ ਹੈ, ਸਾਡੇ ਨਾਲ ਵੱਧ ਸ਼ੌਦ ਹੈ। ਤੁਸੀਂ ਰੋਜ਼ ਨਹੀਂ ਦੇਣਾ, ਇੱਕ ਦਿਨ ਛੱਡ ਕੇ ਇੱਕ ਫਿਸ਼ ਆਇਲ ਕੈਪਸੂਲ, ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ, 5 ਮਨੱਕੇ ਦੇ ਦਾਣੇ, 1 ਪੂਰਾ ਅੰਡਾ, ਇੱਕ ਦਿਨ ਛੱਡ ਕੇ 1 ਦਿਨ। ਬਾਬਾ ਜੀ ਆਂਡਾ ਬਹੁਤ ਜ਼ਿਆਦਾ ਗਰਮ ਸੀ, ਥੱਲੂ ਪਾਣੀ ਮੰਗਾ ਕੇ ਨਾ ਠੰਡੇ ਪਾਣੀ ਦੇ ਵਿੱਚ ਰੱਖਿਆ, ਠੀਕ ਹੈ, ਉਹਨੂੰ ਠੰਡਾ ਕਰਨ ਦੇ ਵਾ, ਆਪਾਂ ਉਹਨੀ ਦੇਰ ਆਂਡਾ ਛਿੱਲ ਲਈਏ, ਠੀਕ ਹੈ। ਆਂਡਾ ਬਾਬਾ ਜੀ ਆਪਾਂ ਛਿੱਲ ਲਿਆ, ਠੀਕ ਹੈ, ਸਾਫ ਸੂਫ ਤਰੀਕੇ ਨਾਲ, ਬਿਲਕੁਲ। ਤੁਸੀਂ ਇਹਨੂੰ ਸਰਦੀ ਨਹੀਂ ਦੇਣੀ, ਸਫੇਦੀ ਦੇਣੀ ਹੈ, ਠੀਕ ਹੈ, ਸਫੇਦੀ ਚੈੱਕ ਕਰੋਗੇ ਖਾਂਦਾ ਕਿਵੇਂ। ਇਧਰ ਬਾਬਾ ਜੀ ਨਹੀਂ ਖਾ ਰਿਹਾ, ਜਿਹੜਾ ਜਾਨਵਰ ਆਪੇ ਚੀਜ਼ ਨਹੀਂ ਖਾਂਦਾ ਉਹਨੂੰ ਦੇਣ ਦਾ ਤਰੀਕਾ ਵੀ ਮੇਰੇ ਕੋਲ ਹੈਗਾ, ਇਹਨੂੰ ਇਸ ਤਰ੍ਹਾਂ ਫੜ ਲੈਣਾ,
ਲੱਤਾਂ ਚ ਦੇ ਲੈਣਾ, ਲੱਤਾਂ ਚ ਤਾਂ ਬੜੀ ਬੜੀ ਸ਼ੈ ਸਿੱਧੀ ਹੋ ਜਾਂਦੀ ਆ। ਫੜ ਕੇ ਇੱਕ, ਫੜ ਕੇ ਦੋ, ਪਾਰਾਂ ਦੇ ਭਾਰ ਪਾ ਮਰ ਜੇ ਮੁਰਗੇ ਨੇ ਬਾਬਾ ਜੀ। ਠੀਕ ਆ, ਖਾ ਲਿਆ ਬਿਲਕੁਲ ਦਾਣਾ। ਤੇ ਇਨਸ਼ਾਅੱਲਾ ਇਹਦਾ ਰਿਜ਼ਲਟ ਇਹ ਹੋਣਾ ਕਿ ਇਹਨੇ ਰਾਤ ਨੂੰ ਖੁੱਡੇ ਦੇ ਵਿੱਚ ਵੀ ਕੁੱਕੜੀ ਨਹੀਂ ਛੱਡਣੀ। ਬਾਕੀ ਇਹ ਜਿਹੜੀ ਜ਼ਰਦੀ ਹੈ ਨਾ, ਇਹ ਕੁੱਕੜੀ ਨੂੰ ਖਵਾਉਣੀ ਹੈ। ਇਹ ਜ਼ਰਦੀ ਅਸਰਾ ਤਲੀ ਤੇ ਭੋਰ ਕੇ ਇਹਨੂੰ ਤੇ ਖਾਏਗੀ, ਆ ਕੇ ਇਹਨੂੰ ਤੇ ਖਾਣ ਪੁੱਜੇਗੀ। ਅਸਰਾ ਤਲੀ ਤੇ ਰੱਖ ਕੇ ਦੇਣੀ ਹੈ ਉਹਨੇ ਬਾਬਾ ਜੀ ਖਾਣੀ ਹੈ। ਇਹ ਚੈੱਕ ਕਰ, ਜਿੰਨੀ ਦੇਰ ਆ ਜ਼ਰਦੀ ਖਾਂਦੀ ਹੈ ਨਾ, ਤੁਸੀਂ ਜਲਦੀ ਨਾਲ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ। ਤੇ ਕਮੈਂਟ ਵਿੱਚ ਜੇ ਕੋਈ ਹੋਰ ਸਵਾਲ ਹੈ, ਹੋਰ ਵੀਡੀਓ ਚਾਹੀਦੀ ਹੈ ਤੇ ਉਹਦੇ ਮੁਤਲਕ ਮੈਨੂੰ ਕਮੈਂਟ ਕਰੋ। ਠੀਕ ਹੈ, ਅੱਲਾ ਪਾਕ ਤੁਹਾਨੂੰ ਆਪਣੇ ਹਿਫਜ਼ੋ ਇਮਾਨ ਚ ਰੱਖੇ, ਆਪਣੀ ਬਰਕਤ ਦੇ ਥੱਲੇ ਰੱਖੇ ਤੇ ਸਾਨੂੰ ਵੀ ਅੱਲਾ ਪਾਕ ਆਪਣੇ ਹਿਫਜ਼ੋ ਇਮਾਨ ਚ ਰੱਖੇ ਤੇ ਆਪਣੀ ਰਹਿਮਤ ਦਾ ਸਾਇਆ ਸਾਡੇ ਤੇ ਕਾਇਮ ਰੱਖੇ। ਇਨਸ਼ਾਅੱਲਾ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ। ਉਨੀ ਦੇਰ ਤੱਕ ਦਵੋ ਇਜਾਜ਼ਤ ਭਰਾ ਨੂੰ। ਓਕੇ, ਅੱਲਾ ਹਾਫਿਜ਼, ਬਾਏ ਬਾਏ।